ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ISN ਪੰਜਾਬੀ ਵਲੌਗ ਤੇ ਹੋਪ ਕਰਨਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ। ਰਾਤ ਦੇ 10 ਵਜ ਚੁੱਕੇ ਨੇ, ਤੁਹਾਨੂੰ ਪਤਾ ਹੀ ਆਪਾਂ ਕਿੱਥੋਂ ਆਉਂਦੇ ਪਏ ਹਾਂ, ਕੰਮ ਤੋਂ ਆਉਂਦੇ ਪਏ ਹਾਂ ਆਪਾਂ ਵਾਪਸ ਗੱਡੀ ਦੇ ਵਿੱਚ। ਅਤੇ ਬਾਹਰ ਦੇਖ ਲਓ ਬਾਰਿਸ਼ ਪੈਂਦੀ ਪਈ ਹੈ ਅਤੇ ਠੰਡ ਬਹੁਤ ਜ਼ਿਆਦਾ ਵੇ। ਗੱਡੀ 'ਚ ਅੰਦਰ ਆ ਜਾਈਏ ਗੱਡੀ ਦੇ, ਮੈਂ ਕਿਹਾ ਵਲੋਗ ਨੂੰ ਸ਼ੁਰੂ ਕਰ ਲੈਂਦੇ ਹਾਂ। ਹੋਰ ਸੁਣਾਓ ਸਾਰੇ ਜਾਣੇ, ਹੁਣ ਆਪਾਂ ਚੱਲੀਏ ਘਰ। ਠੰਡ ਸੱਚੀ ਬਹੁਤ ਜ਼ਿਆਦਾ ਲੱਗਦੀ ਪਈ ਹੈ ਅਤੇ ਬਾਹਰ ਬਹੁਤ ਬਾਰਿਸ਼ ਪੈਂਦੀ ਪਈ ਹੈ। 10 ਵੱਜ ਗਏ ਨੇ ਅਤੇ ਚਲੋ ਫਿਰ ਆਪਾਂ ਤੁਹਾਨੂੰ ਘਰ ਜਾ ਕੇ ਮਿਲਦੇ ਹਾਂ। ਓਕੇ ਜੀ। ਚਲੋ ਜੀ ਹੁਣ ਆਪਾਂ ਲੱਗੇ ਹਾਂ ਸੌਣ। ਰਾਤ ਦੇ 11 ਵੱਜ ਗਏ ਨੇ, ਰੋਟੀ ਰੁਟੀ ਖਾਂਦੇ ਟਾਈਮ ਤਾਂ ਲੱਗ ਹੀ ਜਾਂਦਾ ਤੁਹਾਨੂੰ ਪਤਾ, ਅਤੇ ਬਸ ਥੱਕ ਬਹੁਤ ਗਏ ਹਾਂ। ਅਤੇ ਅੱਜ ਵੀ ਬਹੁਤ ਜ਼ਿਆਦਾ ਭੀੜ ਸੀ ਉੱਥੇ ਸਟੋਰ ਦੇ ਵਿੱਚ, ਅਤੇ ਕੱਲ੍ਹ ਦਾ ਦਿਨ ਰਹਿ ਗਿਆ ਵੇ ਅਤੇ ਫਿਰ ਆ ਜਾਣਾ ਹੈਲੋਵੀਨ, ਅਤੇ ਤੁਹਾਨੂੰ ਆਪਾਂ ਮਿਲਾਂਗੇ ਕੱਲ੍ਹ। ਓਕੇ ਜੀ ਬਾਏ। ਹੋਰ ਸਾਰੇ ਸੌਂ ਗਏ ਨੇ, ਬਸ ਮੈਂ ਹੀ ਜਾਣਨਾ ਪਿਆ ਵਾਂ ਅਤੇ ਕਰੀਏ ਰੇਟਾ ਬੰਦ ਅਤੇ ਤੁਹਾਨੂੰ ਕੱਲ੍ਹ ਮਿਲਦੇ ਹਾਂ। ਚਲੋ ਜੀ ਹੁਣ ਆਪਾਂ ਆ ਗਏ ਹਾਂ ਡੇ 2 ਦੇ ਵਿੱਚ। ਦੁਪਹਿਰ ਦੇ 3 ਵੱਜ ਚੁੱਕੇ ਨੇ, ਥੋੜ੍ਹਾ ਲੇਟ ਹੋ ਗਏ ਆਪਾਂ ਪਰ ਕੋਈ ਨਹੀਂ। ਬਾਹਰ ਦੇਖ ਲਓ ਅੱਜ ਧੁੱਪ ਚੜ੍ਹੀ ਹੈ, ਨਹੀਂ ਤਾਂ ਪਹਿਲਾਂ 2 ਦਿਨ ਬਾਰਿਸ਼ ਪੈਂਦੀ ਰਹੀ ਹੈ। ਅਤੇ ਆਪਾਂ ਬਸ ਗਏ ਸੀ ਟਾਰਗੇਟ ਦੇ ਵਿੱਚ ਸਮਾਨ ਸਮੂਨ ਲੈ ਕੇ ਆਏ ਹਾਂ ਅਤੇ ਆਪਣਾ ਨਾਂਜੋ ਤੁਹਾਨੂੰ ਦਿਖਾ ਦਿੰਦੇ ਹਾਂ ਖੇਡਦਾ ਪਿਆ ਵੇ। ਅਤੇ ਆਹ ਦੇਖੋ ਜੀ ਇੱਥੇ ਨਾਂਜੋ ਖੇਡਦਾ ਪਿਆ ਵੇ ਨਾਂਜੋ। ਲਓ ਜੀ ਹੁਣ ਸੌਣ ਵਾਲਾ ਹੀ ਹੈ, ਸੌਣ ਦਾ ਟਾਈਮ ਹੋ ਗਿਆ ਇਹਦਾ ਹੁਣ ਲੱਗਦਾ। ਚਲੋ ਜੀ ਆਪਾਂ ਬ੍ਰਾਹਮਣ ਤੋਂ ਜਾ ਕੇ ਨਾਂਜੋ ਦੀ ਨਵੀਂ ਪਲੇਟ ਵੀ ਲਿਆਂਦੀ ਦੇਖ ਲਓ। ਹੁਣ ਇਹਦੇ ਵਿੱਚ ਇਹਨੂੰ ਸਾਰਾ ਕੁਛ ਵੀ ਆਪਾਂ ਖਾਇਆ ਕਰਾਂਗੇ, ਇਹਦੇ ਵਿੱਚ ਪਾ ਕੇ ਦਿਆ ਕਰਾਂਗੇ ਕਿਉਂਕਿ ਹੁਣ ਰੋਟੀ ਇਹ ਖਾਣ ਲੱਗ ਗਿਆ ਅਤੇ ਇਹ 'ਚ ਪੁੱਛ ਦਿਆ ਕਰਾਂਗੇ ਹੁਣ ਪਾ ਕੇ। ਅੱਜ ਸਾਰਾ ਦਿਨ ਹੋ ਗਿਆ, ਸਵੇਰ ਤੋਂ ਆਪਾਂ ਟੀ ਵੀ ਦਾ ਰਿਮੋਟ ਲੱਭਣੇ ਪਏ ਹਾਂ ਪਰ ਟੀ ਵੀ ਦਾ ਰਿਮੋਟ ਸਾਨੂੰ ਲੱਭਾ ਨਹੀਂ। ਹਜੇ ਤੱਕ ਵੀ ਮੇਰਾ ਭਰਾ ਲੱਭਦਾ ਪਿਆ ਟੀ ਵੀ ਦਾ ਰਿਮੋਟ, ਪਾਣੀ ਕਿੱਥੇ ਗਿਆ ਵੈ, ਨਾਂਜੋ ਖੇਡਦਾ ਰਹਿੰਦਾ ਵੀ ਉਹਨੇ ਰੱਖਤਾ ਹੋਣਾ ਕਿਧਰੇ। ਅਤੇ ਆਪਾਂ ਸਾਰਾ ਘਰ ਦੇਖ ਲਿਆ, ਕਿੱਧਰੇ ਵੀ ਸਾਨੂੰ ਰਿਮੋਟ ਨਹੀਂ ਲੱਭਦਾ ਪਿਆ, ਪਾਣੀ ਕਿੱਥੇ ਗਿਆ ਵੇ। ਟੀ ਵੀ ਤੁਹਾਨੂੰ ਬਾਅਦ ਦੇਖਣਾ ਹੁੰਦਾ ਵੇ ਅਤੇ ਮਿਲਿਆ ਹੀ ਨਹੀਂ, ਬਸ ਵੀ ਇਹਦਾ ਇੱਦਾਂ ਹੀ ਬੈਠੇ ਬਸ ਫੋਨ 'ਤੇ ਹੀ ਯੂਟਿਊਬ ਥੋੜ੍ਹਾ ਦੇਖ ਲਈਦਾ ਅਤੇ ਟੀ ਵੀ ਬੰਦ ਹੀ ਅੱਜ ਸਾਰਾ ਦਿਨ। ਹਜੇ ਵੀ ਉਹ ਫਿਰ ਲੱਭਦਾ ਪਿਆ ਭਰਾ ਮੇਰਾ, ਦੇਖਣਾ ਲੱਭਦਾ ਕਿ ਨਹੀਂ ਹੁਣ ਫਿਰ ਟੀ ਵੀ ਦਾ ਰਿਮੋਟ। ਹਾਂ ਨਾਂਜੋ ਰਿਮੋਟ ਲੱਭੀ, ਤੈਨੂੰ ਪਤਾ ਕਿੱਥੇ ਰੱਖਿਆ ਤੂੰ, ਹੈਂ ਇਹ ਰਿਮੋਟ ਲੱਭਣ ਆਇਆ, ਉਹ ਦੇਖ ਲਓ ਭਰਾ ਲੱਭਦਾ ਪਿਆ ਤੇਰਾ, ਹੈਲਪ ਕਰਾ ਹੱਡੀ ਹੈ ਤੂੰ ਹੀ ਲਭਾ ਦਿੰਦਾ ਕਿੱਥੇ ਰੱਖਿਆ ਰਿਮੋਟ। ਨਾਂਜੋ ਹੁਣ ਦੇਖ ਲਓ ਚਾਰਜਰ ਮੂੰਹ 'ਚ ਪਾਉਂਦਾ ਪਿਆ, ਲੱਗਦਾ ਰਿਮੋਟ ਵੀ ਤੂੰ ਹੀ ਕਿਤੇ ਰੱਖਿਆ ਵੇ, ਆਇਆ ਹੈਲਪ ਕਰਿਆ ਸਾਡੀ ਲੱਭਣ 'ਤੇ। ਹੁਣ ਚਾਰਜਰ ਕਿੱਥੇ ਲੈ ਕੇ ਚੱਲ, ਇਹਨੂੰ ਵੀ ਗਵਾ ਦੀ ਬਸ, ਦੇ ਦੇ ਚਾਰਜਰ ਦੇ ਦੇ ਮੈਨੂੰ ਫੋਨ ਜਾ ਲੈ, ਇੱਥੇ ਲੱਗਾ ਪਿਆ ਸੀ ਚਾਰਜ ਅਤੇ ਬਸ ਲਾ ਕੇ ਤਾਂ ਮੂੰਹ 'ਚ ਪਾਉਣ ਲੱਗ ਪਿਆ। ਹਾਂ ਹਾਂ ਹੁਣ ਇਹਨੂੰ ਚਾਹੀਦਾ ਤਾਂ ਕਰਕੇ ਹੁਣ ਆ ਜਾ ਕੇ ਚੱਲ। ਤੁਹਾਨੂੰ ਮੈਂ ਬਾਹਰ ਦਿਖਾਉਣਾ ਕੀ ਹੁੰਦਾ ਪਿਆ ਵੇ, ਬਾਹਰ ਪੈਂਦੀ ਪਈ ਹੈ ਜੀ ਸਨੋ, ਅਤੇ ਪਹਿਲਾਂ ਬਹੁਤ ਜ਼ਿਆਦਾ ਤੇਜ਼ ਪੈਂਦੀ ਪਈ ਸਨੋ, ਤੁਹਾਨੂੰ ਮੈਂ ਦਿਖਾਉਂਦਾ ਵਾ ਜੇ ਕੈਮਰੇ 'ਚ ਸ਼ੋਅ ਹੋਏਗੀ। ਪਹਿਲਾਂ ਬਹੁਤ ਜ਼ਿਆਦਾ ਤੇਜ਼ ਪੈਂਦੀ ਪਈ ਸਨੋ, ਹੁਣ ਥੋੜ੍ਹੀ ਸਲੋਅ ਹੋ ਗਈ ਹੈ ਪਰ ਪੈਂਦੀ ਪਈ ਹੈ, ਤੁਹਾਨੂੰ ਮੈਂ ਦਿਖਾਉਂਦਾ। ਆ ਦੇਖੋ ਜੀ ਸ਼ੁਰੂ ਵੀ ਹੋਈ ਹੈ ਸਨੋ ਪੈਣੀ, ਉਹ ਤਾਂ ਥੋੜ੍ਹੀ ਗੱਡੀ ਉੱਤੇ ਪਈ ਹੈ, ਹਜੇ ਪੈਂਦੀ ਵੀ ਥੋੜ੍ਹੀ ਥੋੜ੍ਹੀ ਸ਼ੁਰੂ ਹੋਈ ਹੈ ਜੇ ਪੈਣੀ, ਆਹ ਸਾਡੀ ਗੱਡੀ 'ਤੇ ਥੋੜ੍ਹੀ ਪੈ ਗਈ ਹੈ, ਮੈਨੂੰ ਲੱਗਦਾ ਬਲੈਕ ਆਈਸ ਪੈਂਦੀ ਪਈ ਹੈ ਭੈਣੇ, ਅਤੇ ਠੰਡ ਬਹੁਤ ਜ਼ਿਆਦਾ ਬਾਹਰ। ਚਲੋ ਫਿਰ ਅਤੇ ਨਾਂਜੋ ਨੂੰ ਵੀ ਆਪਾਂ ਸਨੋ ਦਿਖਾਉਂਦੇ ਪਏ ਬਾਹਰ, ਨਾਂਜੋ ਨੇ ਪਹਿਲੀ ਵਾਰ ਸਨੋ ਦੇਖਣੀ ਹੈ ਤਾਂ ਆਪਾਂ ਇਹਨੂੰ ਬਾਹਰ ਦਿਖਾ ਦਈਏ, ਬਾਹਰ ਦੇਖਦਾ ਪਿਆ ਵੇ। ਦੇਖ ਲਓ ਠੰਡ ਬੜੀ ਹੋ ਗਈ ਬਾਹਰ, ਹੁਣ ਇਹਨੂੰ ਆਪਾਂ ਘੱਟ ਹੀ ਲੱਗ ਜਾਇਆ ਕਰਾਂਗੇ ਬਾਹਰ ਕਿਉਂਕਿ ਠੰਡ ਹੋ ਜਾਣੀ ਹੁਣ ਬਹੁਤ ਜ਼ਿਆਦਾ। ਨਾਂਜੋ ਉਹਨੇ ਦੇਖੋ ਜੀ ਕਿੰਨੇ ਵਧੀਆ ਆਪਣੇ ਬੂਟ ਪਾਏ ਨੇ, ਸੋਫਟ ਪੂਰੇ ਗਰਮ, ਚਾਹ ਇੱਦਾਂ ਬਹੁਤ ਕਰਦਾ ਆ ਨਾਂਜੋ। ਤੁਸੀਂ ਸੁਣੋ ਅਤੇ ਗੱਡੀ ਨੂੰ ਆਪਾਂ ਕਿਹਾ ਥੋੜ੍ਹੀ ਸਟਾਰਟ ਕਰਦੀ, ਉਹਨੂੰ ਕਿੰਨੀ ਦੇਰ ਹੋ ਗਈ ਆਪਾਂ ਸਟਾਰਟ ਨਹੀਂ ਕੀਤੀ ਗੱਡੀ ਨੂੰ, ਅਤੇ ਮੈਂ ਕਿਹਾ ਨਾਲ ਆਪਾਂ ਆਪਣੀ ਥੋੜ੍ਹੀ ਜਿਹੜੀ ਲੈਟਰ ਬੋਕਸ ਉਹ ਚੈੱਕ ਕਰ ਆਵਾਂਗੇ, ਅਤੇ ਚਲੋ ਫਿਰ ਲੈਟਰ ਬੋਕਸ ਚੈੱਕ ਕਰਕੇ ਆਈਏ ਫਿਰ ਤੁਹਾਨੂੰ ਆਪਾਂ ਆ ਕੇ ਫਿਰ ਮਿਲਾਂਗੇ
रोटी रूटी आप खा ली। तो लो जी लैटर बॉक्स आप चेक करके आ गए तो बेच कुछ भी नहीं सी खाली पूरी। चलो हम आप चलीए उपर। तो हूँ आप आए हैं जी मैट्रस लैन वास्ते। आप एक मैट्रस लैन की सोचने पे तो इतने बहुत वधिया बैड भी लगे ने सोफ भी बड़े वधिया वधिया लगे ने मैट्रस भी बड़े वधिया वधिया लगे ने तुहानू मैं दिखाना वा सारा आ रहे जी बैड तो त्यागने मैट्रस तुहाडी मर्जी हुंदी तुसीं मैट्रस भी लै सकदे हो तो पूरा मतलब बैड भी लै सकदे हो। तो आ भी इत्थे सारे मैट्रस लगे पे देख लो सारा मैट्रस नहीं भरिया पिया वाह वड्डा वे आ देखो आड़ा बैड ये बहुत वधिया बैड है उपर भी एक सो सकता है थले सो सकता है ये देखो पूड़ियाँ लगियां ने बहुत वधिया ये सारा बैड का ही सैक्शन है। बहुत वधिया देख लो वाह वड्डा है भी तो इतने देखिए टेबल भी लगे ने जो तुम कोई टेबल टूबल भी लैन आए फिर इतने आके टेबल भी कोई लै सकते बहुत वधिया वधिया टेबल्स भी लगे ने इतने देख लो बहुत वधिया वधिया। तो आ देखो इतने सोफे भी बड़े वधिया सोहने लगे ने किन्ने सोफे ने इतने देख लो तो उधर लैंप्स भी है लैंप लैनी कोई भी तुसी। चलो आप देखने हम जो पसंद आता कि नहीं हूँ आप घर पहुँच चुके हैं। आप माड़ा बैंक भी गए सी बिल पे करने वास्ते आप नंजोत खाने भी सुता पिया आए हैं तो उठा पिया नंजोत नंजोत कैमरे में हैलो कर दे आ बिस्कुट खाता भाई हो आ देखो सारा मूँह मूँह तो भी लगे ने। चलो फिर ना खेल लें थोड़ा हम खेलता पाया भी हूँ ही उठा ही खेलता पाया ही खेडिए फिर बहर चला हूँ चल चल जा बहर। लो जी जो नंज आड़े खेलना खेड देना मतलब भी बहुत ज्यादा आवाज आती तुम मैं आवाज सुना वा दी खिलौने की देखा कि आवाज आती है जो आप टीवी टूवी देखने कुछ भी देखने किसी की किसी आवाज आती है टोए की आवाज। चलो जी आप हम कर लगे हैं वैक्यूम आप नंजो के कोलों लैके जाने वैक्यूम तो नंजो देखो कि देखता हूं आप अपनी किचन दे विचों ना सारा समान बाहर कढ़ने पिया आ देखो सारा समान टेबल ते रखा पिया किन्ना ही क्योंकि कल साढ़े घर ना पेस्ट कंट्रोल वाले ने आना भी जड़े मतलब कि दवाई पा के जाते सारे घर के क्योंकि मतलब कीड़े कूड़े ना आन तू सेफ रही आप जे तो वो पा आते हैं तो उन्होंने मेल भी लिखा भी ताकि सारी रसोई अपनी मतलब खाली कर दौ क्योंकि उन्होंने सारे कैबिनेट्स के सारे दवाई पानी है तो आप सारा हम टेबल रखी जाने तो आह देखो जी हम उपर भी कितना समान तो थले भी सारा समान रसोई आप खाली करते नंजो बैठा तो सारा कुछ खाली करता रसोई से तो उन्होंने कल लाना में देख लो सारा खाली करता तो उन्होंने कल दवाई पाना नहीं गया।